ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਦਿਲਪ੍ਰੀਤ ਸਿੰਘ ਸਿੱਧੂ ਵਜਵਾਣਾ ਯੂਟਿਊਬ ਚੈਨਲ 'ਤੇ। ਸੋ ਅੱਜ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣ ਜਾ ਰਿਹਾ ਜੋ ਕਿ ਆਪਣੇ ਪਿੰਡ ਦਾ ਵਾਟਰ ਲੈਵਲ, ਗਰਾਊਂਡ ਵਾਟਰ ਲੈਵਲ ਨੀਵਾਂ ਹੋ ਚੁੱਕਿਆ। ਸੋ ਤੁਹਾਨੂੰ ਮੈਂ ਪੁਰਾਣੀ ਫੋਟੋ ਵੀ ਦਿਖਾਊਂਗਾ, ਨਵੀਂ ਫੋਟੋ ਵੀ ਦਿਖਾਊਂਗਾ ਅਤੇ ਜਿਸ ਵਿੱਚ ਤੁਹਾਨੂੰ ਦੱਸੂੰਗਾ। ਆਹ ਦੇਖੋ ਜੀ, ਇਹ ਹੈਗੀ ਆਪਣੀ ਪੁਰਾਣੀ ਫੋਟੋ। 10 ਫੁੱਟ ਆਪਾਂ ਟੋਟਾ ਪਾਇਆ ਸੀ, ਉਦੋਂ ਪਾਣੀ ਚੱਕਣੋਂ ਹਟ ਗਈ ਸੀ ਮੋਟਰ। ਹਾਂਜੀ, ਇਹ ਫੋਟੋ ਤੁਸੀਂ ਦੇਖ ਰਹੇ ਹੋ 2019 ਦੇ 5ਵੇਂ ਮਹੀਨੇ ਦੀ। ਇਹ ਪੁਰਾਣੀ ਫੋਟੋ ਆ ਜਿਸ ਵੇਲੇ ਆਪਾਂ 10 ਫੁੱਟ ਟੋਟਾ ਪਾਇਆ ਸੀ, ਆਪਣੀ ਮੋਟਰ ਪਾਣੀ ਚੱਕਣੋਂ ਹਟ ਗਈ ਸੀਗੀ ਅਤੇ ਆਪਾਂ ਨਵੀਂ ਪੈਪ ਪਾਈ ਸੀਗੀ। ਉਸ ਤੋਂ ਬਾਅਦ ਵਾਲੀ ਫੋਟੋ ਤੁਹਾਨੂੰ ਦਿਖਾਉਂਦੇ ਹਾਂ, ਆਹ ਉਸ ਤੋਂ ਬਾਅਦ ਵਾਲੀ ਫੋਟੋ ਹੈ। ਇਹ ਹੈਗੀ ਹੈਗੀ 2024 ਦੇ 9ਵੇਂ ਮਹੀਨੇ ਦੀ। ਹੁਣ ਆਪਾਂ ਦੇਖ ਲਓ 2019 ਤੋਂ 2024 ਤੱਕ ਅੰਦਾਜ਼ਨ 5 ਸਾਲ ਅਤੇ 4 ਮਹੀਨਿਆਂ 'ਚ ਗਰਾਊਂਡ ਲੈਵਲ 10 ਫੁੱਟ ਨੀਵਾਂ ਹੋ ਗਿਆ, ਆਪਣੀ ਮੋਟਰ ਪਾਣੀ ਚੱਕਣੋਂ ਹਟ ਗਈ ਸੀਗੀ। ਸੋ ਆਪਾਂ ਨਵੀਂ ਪੈਪ 10 ਫੁੱਟੀ ਹੋਰ ਪਾਤੀ। ਇਸ ਤੋਂ ਬਾਅਦ ਦੇਖਦੇ ਹਾਂ ਇਹ 10 ਫੁੱਟੀ ਪੈਪ ਕਿੰਨਾ ਟਾਈਮ ਕੱਢਦੀ ਆ। ਸੋ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ, ਇਹ ਚਿੰਤਾਯੋਗ ਵਿਸ਼ਾ ਹੈ। ਪਾਣੀ ਇਸ ਤੋਂ ਵੀ ਜ਼ਿਆਦਾ ਡੂੰਘਾ ਹੋ ਸਕਦਾ ਹੈ, ਸੋ ਆਪਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ, ਜ਼ਿਆਦਾ ਵੇਸਟ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਵੀ 5 ਸਾਲਾਂ ਵਿੱਚ ਪਾਣੀ 10 ਫੁੱਟ ਡੂੰਘਾ ਚਲਾ ਗਿਆ, ਇਸ ਤੋਂ ਅਗਲੇ 5 ਸਾਲਾਂ ਵਿੱਚ 20 ਫੁੱਟ ਵੀ ਡੂੰਘਾ ਜਾ ਸਕਦਾ। ਇਹ ਦ੍ਰਿਸ਼ ਕੇਵਲ ਮੇਰੇ ਪਿੰਡ ਦਾ ਹੈ, ਹੋਰ ਕਿਹੜੇ ਕਿਹੜੇ ਪਿੰਡ ਵਿੱਚ ਪਾਣੀ ਦਾ ਲੈਵਲ ਡੂੰਘਾ ਹੋਇਆ ਕਮੈਂਟ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ। ਧੰਨਵਾਦ ਸਾਰੇ ਵੀਰਾਂ ਦਾ।